ਹਾਂਜੀ ਸਟੂਡੈਂਟਸ, ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ ਦੇ ਲਈ ਪੰਜਾਬੀ ਇਲੈਕਟਿਵ ਪੰਜਾਬੀ ਚੋਣ ਵੀ ਪੰਜਾਬੀ ਲਿਟਰੇਚਰ ਦਾ ਆਪਾਂ ਜਿਹੜੇ ਕਿ ਸਿਲੇਬਸ ਲੈ ਕੇ ਆਏ ਹਾਂ ਤੁਹਾਡੇ ਸਤੰਬਰ ਪ੍ਰੀਖਿਆ ਦੇ ਲਈ। ਸਤੰਬਰ ਦੇ ਵਿੱਚ ਜਿਹੜੇ ਤੁਹਾਡੇ ਇਗਜ਼ਾਮ ਹੋਣ ਜਾ ਰਹੇ ਨੇ ਉਹਦੇ ਲਈ ਜਿਹੜਾ ਤੁਹਾਡਾ ਸਿਲੇਬਸ ਹੈ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਅਤੇ ਸਟੂਡੈਂਟਸ ਆਪਾਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਕਿ ਸਤੰਬਰ ਇਗਜ਼ਾਮ ਦੇ ਲਈ ਆਪਾਂ ਨੇ ਤੁਹਾਡੇ ਸਾਰੇ ਟੋਪਿਕਸ ਆਲਰੇਡੀ ਚੈਨਲ 'ਤੇ ਅਪਲੋਡ ਕੀਤੇ ਹੋਏ ਨੇ। ਇੱਕ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ, ਉਹ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ, ਤੁਸੀਂ ਉੱਥੋਂ ਵਿਜ਼ਿਟ ਕਰਕੇ ਆਪਣੇ ਵੀਡੀਓਜ਼ ਵਾਚ ਕਰ ਸਕਦੇ ਹੋ। ਅਤੇ ਸਤੰਬਰ ਇਗਜ਼ਾਮ ਲਈ ਤੁਹਾਡਾ ਪੇਪਰ ਦਾ ਪੈਟਰਨ ਕੀ ਰਹੂਗਾ ਉਹ ਵੀ ਆਪਾਂ ਨੇ ਤੁਹਾਨੂੰ ਅਪਲੋਡ ਕੀਤਾ ਹੋਇਆ। ਪੇਪਰ ਦਾ ਪੈਟਰਨ ਪਿਛਲੇ ਸਾਲ ਦੇ ਨਾਲੋਂ ਚੇਂਜ ਆ, ਸੋ ਉਹਨੂੰ ਵੀ ਜ਼ਰੂਰ ਵਾਚ ਕਰੋ। ਪੰਜਾਬੀ ਲਾਜ਼ਮੀ ਦੇ ਕੀਤਾ ਹੋਇਆ, ਇੰਗਲਿਸ਼ ਦਾ ਵੀ ਆਲ ਟੋਪਿਕਸ ਆਪਾਂ ਨੇ ਅਪਲੋਡ ਕਰ ਰੱਖਿਆ। ਹਾਂਜੀ, ਸਿਲੇਬਸ ਤੁਹਾਡਾ ਜਿਹੜੇ ਕਿ ਅਪ੍ਰੈਲ, ਮਈ, ਜੁਲਾਈ, ਅਗਸਤ ਦੇ ਵਿੱਚ ਤੁਹਾਨੂੰ ਪੇਪਰ ਆਉਣਾ ਹੈ ਸਤੰਬਰ ਦਾ। ਇਹਦੇ ਵਿੱਚ ਕਿਹੜਾ ਕਿਹੜਾ ਸਿਲੇਬਸ ਆਪਾਂ ਤੁਹਾਨੂੰ ਦੱਸਦੇ ਹਾਂ। ਹਾਂਜੀ, ਤੁਹਾਡੀ ਜਿਹੜੀ ਬੁੱਕ ਹੈ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ, ਜਿਸ ਦੇ ਵਿੱਚੋਂ ਸੂਫੀ ਕਾਵਿ ਅਤੇ ਗੁਰਮਤਿ ਕਾਵਿ ਦੇ ਵਿੱਚ ਤੁਹਾਨੂੰ ਪ੍ਰਸੰਗ ਸਾਹਿਤ, ਵਿਆਖਿਆ ਅਤੇ ਕੇਂਦਰੀ ਭਾਵ ਆਉਣੇ ਨੇ, ਠੀਕ ਹੈ। ਹਾਂਜੀ, ਇਸ ਦੇ ਵਿੱਚ ਹੈਗਾ ਸੂਫੀ ਕਾਵਿ ਦੇ ਵਿੱਚੋਂ ਸ਼ੇਖ ਫਰੀਦ ਜੀ, ਵਜੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਇਹ ਸਾਰਿਆਂ ਦੇ ਆਪਾਂ ਨੇ ਚੈਨਲ 'ਤੇ ਜਿਹੜੇ ਕਿ ਕੇਂਦਰੀ ਭਾਵ ਅਤੇ ਇਹਨਾਂ ਦੇ ਸ਼ਾਰਟ ਕੁਸ਼ਚਨ ਅਤੇ ਇਹਨਾਂ ਦੇ ਜਿਹੜੀ ਕਿ ਪ੍ਰਸੰਗ ਸਾਹਿਤ ਵਿਆਖਿਆ ਚੈਨਲ 'ਤੇ ਅਪਲੋਡ ਕੀਤੀ ਹੋਈ ਹੈ, ਤੁਸੀਂ ਵਾਚ ਕਰ ਸਕਦੇ ਹੋ। ਗੁਰਮਤਿ ਕਾਵਿ ਦੇ ਵਿੱਚੋਂ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ, ਅਤੇ ਉਸ ਤੋਂ ਅੱਗੇ ਹੈਗੇ ਨੇ ਆਬੀਤਿਆਂ ਵਿੱਚ ਤੁਹਾਡੇ ਚੈਪਟਰ ਹੈਗੇ ਨੇ ਐਪਟਾਬਾਦ, ਮੁੱਢਲੀ ਅਵਸਥਾ, ਮਿਡਲ ਦੀ ਪੜ੍ਹਾਈ, ਧੂੜ ਭਰੇ ਰਾਹ ਅਤੇ ਮਨੁੱਖ ਦਾ ਮਨੁੱਖ ਨਾਲ ਮੇਲ, ਠੀਕ ਹੈ, ਜ਼ਿੰਦਗੀ ਦੀ ਅਹਿਮ ਘਟਨਾ, ਤਖ਼ਤ ਜਾਂ ਤਖ਼ਤਾਂ, ਸ਼ਬਦ ਦਾ ਪਿਆਰਾ, ਸ਼ਿੰਬਾ, ਮੇਰੇ ਬੱਚੇ ਮੇਰਾ ਮਹਾਂਦਰਾ, ਠੀਕ ਹੈ, ਇਹ ਨੇ ਆਪੀਤੀਆਂ ਦੇ ਵਿੱਚੋਂ। ਅਤੇ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਵਿੱਚ ਸੂਫੀ ਕਾਵਿ, ਗੁਰਮਤਿ ਕਾਵਿ ਅਤੇ ਕਿੱਸਾ ਕਾਵਿ ਦੇ ਵਿੱਚੋਂ ਹੈਗਾ ਪੀਲੂ, ਹਾਫਿਜ਼ ਬਰਖੁਦਾਰ, ਵਾਰਿਸ ਸ਼ਾਹ ਅਤੇ ਕਾਦਰ ਯਾਰ। ਇਸ ਦੇ ਵਿੱਚੋਂ ਇਹਨਾਂ ਦੇ ਜੀਵਨ ਅਤੇ ਰਚਨਾਵਾਂ ਅਤੇ ਕਿੱਸਾ ਕਾਵਧਾਰਾ ਦਾ ਇਤਿਹਾਸ। ਇਹਦੇ ਵਿੱਚੋਂ ਤੁਹਾਨੂੰ ਆਉਣਾ ਲੌਂਗ ਕੁਸ਼ਚਨ। ਲੌਂਗ ਕੁਸ਼ਚਨ ਦੇ ਵਿੱਚ ਤੁਹਾਨੂੰ ਪੁੱਛਿਆ ਜਾਊਗਾ ਕਿ ਕਿੱਸਾ ਕਾਵਿ ਦਾ ਮੁੱਢ ਅਤੇ ਵਿਕਾਸ, ਠੀਕ ਹੈ, ਪਹਿਲਾਂ ਤਾਂ ਇਹ ਕੁਸ਼ਚਨ ਕਰ ਲਓ ਕਿੱਸਾ ਕਾਵਿ ਦੇ ਮੁੱਢ ਅਤੇ ਵਿਕਾਸ, ਇਹ ਕੁਸ਼ਚਨ ਬਹੁਤ ਇੰਪੋਰਟੈਂਟ ਹੁੰਦਾ। ਅਤੇ ਅਤੇ ਇੱਕ ਹੁੰਦਾ ਵੀਰ ਕਾਵਿ ਦਾ ਮੁੱਢ ਅਤੇ ਵਿਕਾਸ, ਹੁਣ ਵੀਰ ਕਾਵਿ ਤੁਹਾਡੇ ਸਿਲੇਬਸ 'ਚ ਹੈ ਨਹੀਂ, ਠੀਕ ਹੈ, ਜੁਲਾਈ, ਅਗਸਤ, ਅਪ੍ਰੈਲ, ਮਈ ਦੇ ਵਿੱਚ ਤੁਹਾਡਾ ਵੀਰ ਕਾਵਿ ਨਹੀਂ ਹੈਗਾ, ਤੁਹਾਡਾ ਹੈਗਾ ਕਿੱਸਾ ਕਾਵਿ। ਤਾਂ ਤੁਸੀਂ ਕਿੱਸਾ ਕਾਵਿ ਅਤੇ ਮੁੱਢ ਅਤੇ ਵਿਕਾਸ ਵਾਲਾ ਕੁਸ਼ਚਨ ਕਰ ਲਓ, ਇਹ ਤੁਹਾਨੂੰ ਪੱਕਾ ਆਏ ਜਾਊਗਾ। ਅਤੇ ਨਾਲ ਇਹਦੇ ਵਿੱਚ ਕੁਸ਼ਚਨਸ ਹੋਣਗੇ ਪੀਲੂ ਦਾ ਕੀ ਯੋਗਦਾਨ ਹੈ, ਹਾਫਿਜ਼ ਵਰਖੂ ਦਾ ਕੀ ਯੋਗਦਾਨ ਹੈ, ਵਾਰਿਸ ਸ਼ਾਹ ਦਾ ਕੀ ਯੋਗਦਾਨ ਹੈ ਅਤੇ ਕਾਦਰ ਯਾਰ ਦਾ। ਮਤਲਬ ਕਿ ਤੁਸੀਂ ਆਹ ਕੁਸ਼ਚਨ ਪੱਕੇ ਕਰ ਲਓ, ਵਾਰਿਸ ਸ਼ਾਹ ਵਾਲਾ ਅਤੇ ਕਿੱਸਾ ਕਾਵਿ ਦਾ ਮੁੱਢ ਅਤੇ ਵਿਕਾਸ, ਠੀਕ ਹੈ। ਬਾਕੀ ਇਹਨਾਂ 'ਚੋਂ ਸ਼ਾਰਟ ਕੁਸ਼ਚਨ ਆਉਣੇ ਨੇ, ਹੋਰ ਇਹਨਾਂ ਦੇ ਵਿੱਚੋਂ ਨਾਲ ਪ੍ਰਸੰਗ ਸਾਹਿਤ ਵਿਆਖਿਆ ਹੋਣੀ, ਨਾ ਇਹਨਾਂ ਦੇ ਕੁਛ ਕੇਂਦਰੀ ਭਾਵ ਵਗੈਰਾ ਆਉਣੇ ਨੇ, ਸ਼ਾਰਟ ਕੁਸ਼ਚਨ ਅਤੇ ਲੌਂਗ ਕੁਸ਼ਚਨ ਆਉਣਾ ਇਹਨਾਂ 'ਚੋਂ, ਠੀਕ ਹੈ। ਆਹ ਬੀਤੀ ਨੇ ਪਹਿਲਾਂ ਤੁਹਾਨੂੰ ਦੱਸਤੇ। ਅੱਗੇ ਸਾਹਿਤ ਬੋਧ ਦੇ ਵਿੱਚੋਂ ਸਾਹਿਤ ਰੂਪ ਨੇ ਕਵਿਤਾ, ਨਾਟਕ, ਅਤੇ ਇੱਕ ਹੈਗਾ ਤੁਹਾਨੂੰ ਇਕਾਂਗੀ ਨਾਵਲ। ਮਤਲਬ ਕਿ ਚਾਰ ਸਾਹਿਤ ਰੂਪ ਨੇ, ਚਾਰਾਂ 'ਚ ਤੁਹਾਨੂੰ ਤਿੰਨ ਆਉਣਗੇ, ਇੱਕ ਤੁਸੀਂ ਕਰਨਾ ਹੋਊਗਾ, ਠੀਕ ਹੈ, ਮਤਲਬ ਕਿ ਤੁਹਾਡੇ ਜਿਹੜਾ ਸਤੰਬਰ ਇਗਜ਼ਾਮ ਦੇ ਵਿੱਚ ਆ। ਤਾਂ ਤੁਸੀਂ ਇੱਕ ਆਰਾਮ ਨਾਲ ਛੱਡ ਸਕਦੇ ਹੋ, ਕੋਈ ਦੋ ਟੋਪਿਕ ਕਰ ਲਓ, ਕਵਿਤਾ ਨਾਟਕ ਕਰ ਲਓ ਜਾਂ ਇਕਾਂਗੀ ਨਾਵਲ ਕਰ ਲਓ, ਤੁਹਾਨੂੰ ਇੱਕ ਆਰਾਮ ਨਾਲ ਆਜੂਗਾ। ਫਿਰ ਉਸ ਤੋਂ ਬਾਅਦ, ਅਤੇ ਪਹਿਲਾਂ ਹੁੰਦਾ ਸੀ ਸਟੂਡੈਂਟ ਛੰਦ ਕਰੋ ਚਾਹੇ ਅਲੰਕਾਰ ਕਰੋ ਰਸ ਕਰੋ, ਤਿੰਨਾਂ 'ਚ ਇੱਕ ਕਰਨਾ ਹੁੰਦਾ ਸੀ, ਬਟ ਹੁਣ ਚੇਂਜ ਹੈ, ਹੁਣ ਤਿੰਨੇ ਟੋਪਿਕ ਤੁਹਾਨੂੰ ਕਰਨੇ ਪੈਣਗੇ, ਠੀਕ ਹੈ। ਹਾਂ, ਇਹਨਾਂ 'ਚ ਚੁਆਇਸ ਹੋਊਗੀ, ਮਤਲਬ ਕਿ ਦੋ ਰਸ ਆਉਣਗੇ ਉਹ 'ਚ ਇੱਕ ਕਰਨਾ ਹੋਊਗਾ, ਦੋ ਅਲੰਕਾਰ ਆਉਣਗੇ ਇੱਕ ਕਰਨਾ ਹੋਊਗਾ, ਦੋ ਛੰਦ ਆਉਣਗੇ ਇੱਕ ਕਰਨਾ ਹੋਊਗਾ। ਸੋ ਹੁਣ ਛੰਦ ਹੈਗੇ ਨੇ ਤੁਹਾਡੇ ਜਿਹੜੇ ਕਿ ਛੰਦ ਦੇਖੋ, ਕਵਿਤਾ, ਕੋਰੜਾ, ਦੋਹਰਾ ਅਤੇ ਚੁਪਈ, ਦਵਈਆ ਅਤੇ ਵੈਂਤ ਛੰਦ, ਛੰਦ ਸਾਰੇ ਨੇ, ਠੀਕ ਹੈ। ਅਤੇ ਅਲੰਕਾਰ ਤਿੰਨੇ ਨੇ ਟੋਪਿਕ ਇਸ ਵਾਰ, ਅਨੁਪ੍ਰਾਸ, ਉਪਮਾ, ਅਲੰਕਾਰ ਹੈਗੇ ਨੇ, ਅਨੁਪ੍ਰਾਸ ਅਲੰਕਾਰ, ਰੂਪਕ ਅਤੇ ਉਪਮਾ ਅਲੰਕਾਰ, ਇਹਨਾਂ 'ਚ ਦੋ ਕਰ ਲਓ ਤੁਸੀਂ, ਅਨੁਪ੍ਰਾਸ ਅਤੇ ਉਪਮਾ ਅਲੰਕਾਰ ਕਰ ਲਓ।
ਰਸ ਵੀ ਤੁਹਾਨੂੰ ਤਿੰਨ ਦੋ ਕਰ ਲਓ, ਸ਼ਿੰਗਾਰ ਰਸ, ਹਾਸ ਰਸ ਅਤੇ ਕਰੂਣਾ ਰਸ। ਹਾਸ ਰਸ ਅਤੇ ਕਰੂਣ ਸ਼ਿੰਗਾਰ ਰਸ ਈਜ਼ੀ ਨੇ, ਠੀਕ ਹੈ। ਸੋ ਇਹ ਤੁਹਾਡਾ ਸਿਲੇਬਸ ਹੈ, ਇਹ ਸਾਰਾ ਕੁਝ ਚੈਨਲ 'ਤੇ ਅਪਲੋਡ ਕੀਤਾ ਹੋਇਆ, ਠੀਕ ਹੈ, ਤੁਸੀਂ ਵਾਚ ਕਰ ਸਕਦੇ ਹੋ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕਸ।